ਅਰਸ਼ੀ ਫਰਸ਼ੀ ਨੂਰੀ ਖਾਕੀ ਸਭ ਮਸਤ ਕਲੰਦਰ ਕਰਦੇ ਨੇ। ਹੁਸੈਨ ਦੀ ਮਾਂ ਨੇ ਇਹ ਦੈਨ ਬਖਸ਼ਾ ਗਾਜ਼ੀ ਹੁਸੈਨ ਦੀ ਮਾਂ ਨੇ ਇਹ ਦੈਨ ਬਖਸ਼ਾ ਗਾਜ਼ੀ ਕੋ ਹਾਥੋਂ ਵਾਲੇ ਸਦੀਓ ਸੇ ਬੇਹਾਥ ਕਲੰਦਰ ਕਰਦੇ ਅਬੂ ਬੇਟੇ ਦਾ ਨਾਂ ਹੈ ਮੌਲਾ ਅਲੀ ਲਸਲਾ ਮੌਲਾ ਅਲੀ ਲਸਲਾ ਇਸਲਾਮ ਦੇ ਬੇਟੇ ਦਾ ਨਾਂ ਹੈ ਸਰਕਾਰ ਗਾਜ਼ੀ ਅਬਾਸ ਸਲਾਮ ਠੀਕ ਹੈ। ਇਹ ਤਿੰਨ ਸਰਦਾਰ ਅਰਬ ਵਿੱਚ ਐਸੇ ਸਨ ਪੂਰਾ ਅਰਬ ਇਹਨਾਂ ਦੀਆਂ ਤਿੰਨਾਂ ਸਰਦਾਰਾਂ ਦੀਆਂ ਤਲਵਾਰਾਂ ਨੂੰ ਜਾਣਦੇ ਅਰਬ ਦੇ ਵਿੱਚ ਬਾਪ ਵੀ ਬੇਟਾ ਵੀ ਬਾਪ ਵੀ ਦਾਦਾ ਅਰਬ ਸਾਰਾ ਜਾਣਦਾ ਸੀ ਇੱਕ ਦਿਨ ਬਾਪ ਸ਼ਹੀਦਾ ਸਲਾਮੁੱਲਾ ਲੈ ਵੀ ਘਰ ਬੈਠੇ ਨੇ ਤੇ ਮੌਲਾ ਅਲੀ ਲੈ ਸਲਾਮ ਆਖਿਆ ਪਾਕ ਸ਼ਹੀਦਾ ਨੇ ਇਹ ਚੋਲੇ ਮੈਂ ਸਰਕਾਰ ਅਬਾਸ ਤੇ ਸਿੰਘ ਕੇ ਦੇ ਦਿੰਦੀ ਹਾਂ ਤੇ ਮੈਂ ਨਾਂ ਇਹਦਾ ਅਬਾਸ ਰੱਖਦੀ ਹਾਂ ਲਾਕਰ ਸਾਹਿਬ ਨਾਮ ਇਹਦਾ ਥੋੜਾ ਥੋੜਾ ਮੇਰੇ ਨਾਲ ਬੋਲੋ ਸਰਕਾਰ ਅਬਾਸ ਦੀ ਸ਼ਾਨ ਹੈ ਅਲਮਾ ਵਾਲੇ ਦੀ ਸ਼ਾਨ ਹੈ ਇੰਨੀਆਂ ਮਸਜਿਦਾਂ ਨੇ ਜਿੰਨੇ ਦੇ ਅਰਬ ਨੇ ਮੁਸ਼ਕਲ ਕਸ਼ਾ ਕਾ ਬੇਟਾ ਕਰਤਾ ਹੈ ਯੂੰ ਫਰਾਜ਼ੀ ਕੁਛ ਮਾਂਗ ਕਰ ਤੋ ਦੇਖ ਦੇਤਾ ਹੈ ਮੇਰਾ ਰਾਜ਼ੀ ਆ ਤੇ ਸਹੀ ਮੰਗਦੇ ਪੁੱਤਰ ਦਿੰਦਾ ਇੱਜ਼ਤ ਦਿੰਦਾ ਰਿਜ਼ਕ ਦਿੰਦਾ ਜੀ ਔਲਾਦ ਦਿੰਦਾ ਵਕਤ ਦਿੰਦਾ ਜੇ ਜਰਨੈਲ ਤੇ ਕਰ ਮਾਮ ਸ਼ਾਹ ਸਲਾਤੋ ਵਸਲਾਮ ਦੇ ਲਸ਼ਕਰ ਦਾ ਉਹ ਦਾ ਜਰਨੈਲ ਜਿਹਦਾ ਨਾਂ ਆਪਾ ਅੱਛਾ ਆਖਿਆ ਮੈਂ ਨਾਂ ਰੱਖਣ ਲਈ ਹਾਂ
yayeli yakşa şeytanı ko. Akha an alituley. Ve betul diley. Access means the Sulbak Salam Salam Muhammad Ande ne. Arşte sarkar da na Ahmed. Akha main alaf Ahmed da liya. سین میں حسن حسین دی لئی تے میں عباس مکمل بستے رہو جی پنتن پاک کا عکاس بن گیا غور سے دیکھا تو عباس بن گیا یہ رادی شان شاہ باچے زاکر شاہ یہ سرکار دے علمہ رہے دی شان میں یہ علمہ رہے دی تے بڑے مام سان رسول دیاں تیان ملی دے پتا زاکر شاہ مشاہ پڑھن دے میں ایک جملہ سے کار عباس دے آخ کے دے میں جاکہ سامو ٹائم دیا اس سے سردار نے دو مرمنو سلوات پڑھ کے خیمے لائے نے مسلمانہ نماز پڑھ کے خیمے سائے اس سے سردار یہ بڑا قریب ہی جاکہ سب بڑا بڑا لجپال علیدہ پتر جی زوری کیوں پوچھیا گیا زوری تیرے چاچے دا کی کمالے ਤੁਸੀਂ ਜਿਹੜੇ ਚਾਚੇ ਦਾ ਨਾਂ ਦਾ ਨਾ ਤੁਸੀਂ ਖਲੋ ਜਾਂਦੇ ਹੋ ਆਖਿਆ ਜ਼ੋਰੀ ਮੇਰੇ ਚਾਚੇ ਅਬਾਸ ਦਾ ਨਾਂ ਤੂੰ ਕਿਆਮਤ ਤੱਕ ਲਾਂਦਾ ਰਹੋ ਮੈਂ ਸਜਾਦ ਕਿਆਮਤ ਤੱਕ ਖੜਾ ਹੋਣਾ ਹੁੰਦਾ ਰਹਾਂਗਾ ਆਖਿਆ ਜ਼ੋਰੀ ਨੂੰ ਮੌਲਾ ਨੇ ਆਖਿਆ ਜੋ ਮਜ਼ੋਰੀ ਪੁੱਛਿਆ ਮੌਲਾ ਸਜਾਦ ਫੈਸਲਾ ਤੁਸਾਂ ਮੌਲਾ ਕਿਉਂ ਆਖਿਆ ਮੇਰੇ ਚਾਚੇ ਅਬਾਸ ਨੂੰ ਬੰਦੇ ਨੂੰ ਸਮਝਣੇ ਵਾਸਤੇ ਕੰਮ ਦੇ ਕੰਮ ਮਸੂਮ ਹੋਣਾ ਚਾਹੀਦਾ ਫਿਰ ਅਬਾਸ ਜੀ ਸਰਕਾਰ ਫਜ਼ਲ ਅਬਾਸ ਆ ਗਏ ਮੌਲਾ ਸਜਾਦ ਜੇ ਜਨਾਜ਼ਾ ਦਾਰ ਬੈਠੇ ਹਨ ਮੌਲਾ ਪਸ਼ਵਾ ਬੈਠੇ ਸਨ ਸਰਕਾਰ ਨਾ ਉੱਠ ਖੜੇ ਹੋਏ ਸਰਕਾਰ ਮੌਲਾ ਸਜਾਦ ਅਲੈਹਿਸਸਲਾਤੁ ਵਸਲਾਮ ਖੜੇ ਹੋ ਗਏ ਤੇ ਬੰਦਿਆਂ ਵਿੱਚੋਂ ਬੋਲੇ ਉਹਨਾਂ ਕਹਾ ਮੌਲਾ ਨਾ ਤੁਹਾਡਾ ਚਾਚੇ ਦਾ ਪੁੱਤਰ ਇਮਾਮ ਹੈ ਨਾ ਹੁਜਤ ਤੇ ਨਾ ਤੁਹਾਡੇ ਚਾਚੇ ਦਾ ਪੁੱਤਰ ਮੌਲਾ ਪੰਡਤ ਪਾਕ ਫੁੜੀ ਲਾਲਾ ਜੀ ਵਿਛਾਈ ਆਪਣੀ ਬਾਰਗਾਹ ਵਿੱਚ ਲਾਲਾ ਅਫਜ਼ਲ ਜੀ ਬੀਬੀ ਮਨਜ਼ੂਰ ਤੇ ਕਬੂਲ ਕਰੇ ਜੇ ਬੀਬੀ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਰੇ ਜੇ ਬੀਬੀ ਕਿਸੇ ਦਾ ਮੁਹਤਾਜ ਨਾ ਕਰੇ ਤੇ ਕੋਈ ਮੈਂ ਜੁਮਲਾ ਆਖ ਕੇ ਤੇ ਆਖਿਆ ਤੇ ਤੁਸੀਂ ਇਮਾਮ ਹੋ ਤੁਸੀਂ ਹੁਜਤ ਖੁਦਾ ਹੋ ਗਾਦੀ ਸ਼ਾਨ ਸ਼ਾਹ ਬਾਸ ਦਾ ਪੁੱਤਰ ਆਇਆ ਤੁਸੀਂ ਖੜੇ ਹੋ ਗਏ ਹੋ ਸਰਕਾਰ ਮੌਲਾ ਸਜਾਦ ਆਖਿਆ ਚੁੱਪ ਕਰ ਬੰਦਾ ਖੁਦਾ ਸਾਡੇ ਮੌਸਮ ਦਾ ਪੁੱਤਰ ਹੈ ਫਜ਼ਲ ਅਬਾਸ ਜੀ ਬੀਬੀ ਪਾਕ ਤੁਹਾਨੂੰ ਬਾਦਸ਼ਾਹ ਰੱਖੇ ਮੇਰੇ ਰਾਜੇ ਨੂੰ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਕਿਤਾਬ ਆਓ ਜਾ ਕੋਈ ਨਹੀਂ ਤੁਹਾਡਿਆ ਪਰਦੇ ਹੁਣ ਹਰ ਕੋਈ ਹੋਤ ਨਿਗਰਾਨ ਮੇਰਾ ਲਹਿਬੇ ਗਾਦੀ ਹਾਏ ਵਲੀਆਂ ਨੂੰ ਤੂੰ ਸਾਡੀ ਕਾਇਦ ਦਾ ਹੋਣਾ ਇਮਕਾਨ ਮਾਤਮੇ ਹੁਸੈਨ ਵੇਖ ਜ਼ੁਲਮਾਂ ਦੀ ਇੰਤਹਾ ਵੇਖ ਜ਼ੁਲਮਾਂ ਦੀ ਤੇਰੀ ਦਨਾ ਤੇਰੀ ਦਨਾ ਜ਼ੁਲਮਾਂ
ਮੈਂ ਤੇਰੀ ਲਾਸ਼ ਤੇ ਨਿਗਾਹ ਟੰਗਦੀ ਮੈਂ ਤੇਰੀ ਲਾਸ਼ ਤੇ ਨਿਗਾਹ ਟੰਗਦੀ ਮੈਂ ਦੇ ਦਰ ਤੇ ਨਹੀਂ ਲਾਲਾ ਜੀ ਮੇਰੇ ਸਰ ਤੇ ਨਹੀਂ ਲਾਲਾ ਜੀ ਤੇਰੀ ਦੈਨਾ ਤੇਰੇ ਦੈਨਾ ਐ ਬੇਰਦਾ ਵੇਖ ਜ਼ੁਲਮਾਂ ਦੀ ਇੰਤਹਾ ਜੀ ਹਾਏ ਹਾਏ ਵੇਖ ਜ਼ੁਲਮਾਂ ਦੀ ਇੰਤਹਾ ਤੇਰੀ ਦੈਨ ਹੈ ਬੇਰਦਾ ਵੇਖ ਜ਼ੁਲਮਾਂ ਦੀ ਇੰਤਹਾ ਜੀ ਵੇਖ ਜ਼ੁਲਮਾਂ ਦੀ
Yeah.